स्वागत है किसान वीरो तुहाडा यूट्यूब चैनल सिदक डेयरी फार्मिंग दे विच। किसान वीरो अज वखरी ते नवेकली जी वीडियो थोड़े लिए बनाउन लगे हैं। पिंड चुआड़ियाली इनू जिला ते तहसील जिहड़ी है दोस्तों फाजिलका पैंदी है। फाजिलका तो सारा 4-5 किलोमीटर अरनी वाला मंडी वाले पासे नू पिंड रह जांदा है। तो ये पिंड दोस्तों पंजाब सरकार वालों नामजद है साहीवाल ब्रीड उत्ते जां देसी नसलों उत्ते काम करन वास्ते। जिथे वीडियो बना रहे हैं हालांकि जगह तुसी दोस्तों देख रहे हो इत्थे लगभग जिहड़ा बाई जी होरी दसदे आ वी 2000 दे नेड़े तेड़ गाइयां वछियां वैड़ां इहदे जिहड़े पशु इत्थे बाई कोल रखे हुए है। कुछ परिवार इत्थे 5-7 अज वीडियो बनाउण वास्ते बाई होरां ने स्पैशल दोस्तों आपां नूं बुलाया सीगा। इहदे च तुहानूं 3-4 गावां जिहड़ियां ताजियां सूईयां होईयां उह दिखावांगे, उन्हां दा रेट भी पुछांगे, डिटेल भी सारी बाई तो लवांगे। आपां वीडियो नूं एंड तक देखियो। नवा वीर जे कोई वीडियो देख रहा तां जरूर उहनूं बेनती करूंगा चैनल नूं सबसक्राइब कर लो ते नाल घंटी दा बटन प्रेस कर दिओ जे तां कि नवीं वीडियो दा नोटिफिकेशन तुहाडे तक जिहड़ा उह तुरंत पहुँच सके। आओ बाई नाल गल्लबात करदे हां। बाई सति श्री अकाल। बाई नाम दसी अपना पहला। मेरा नाम गुरलाल सिंह है जी। ठीक है वीर। अपना नाम अहमद खान। अहमद खान, हां ठीक है। अच्छा अहमद खान वीर तेरे तो ही पुछूंगा, तुसी इत्थे जिहड़ा इस चुआड़ियाली पिंड दे विच किन्ने परिवार बैठे हो? इत्थे लगभग 200 घर बैठे हैं। 200 घर ते सारे ही साहीवाल जां इदां दी नसल पालदे? हां जी साहीवाल राठी है जी। साहीवाल ते राठी। अच्छा ये राठी है ज्यादा जां साहीवाल है थोड़े कोल? साडे कोल राठी ज्यादा है। राठी ज्यादा, ठीक है। किन्ने क नाग इत्थे टोटल पशु किन्ने खोणगे थोड़े कोल वीर? लगभग 2000 पशु खड़ा है। 2000 पशु, ठीक है। ते सेल भी तुसी इन्हां चों फिर पशुआं नूं करदे? हां जी इन्हां चों करदे। ठीक है। अच्छा मैनूं इक गल इह दस्सी वी राठी गां तेरे कोल हुण तक वध तों वध दुध वाली सारे घरां चों वध तों वध दुध दित्ता होवे किन्ने काली आई है? 17 लीटर दी। 17 लीटर, हां ठीक है। 17 लीटर तक तुसी जानी राठी गां दा दुध चोया जी? ठीक है। ते वकाऊ पशु किन्ने क हुंदे आ रूटीन च थोड़े कोल जे किसे ने आउणा होवे? ਰੋਗੋਲਰ ਖੜੇ ਰਹਿੰਦੇ ਆ 5-10 ਪਸ਼ੂ ਜਿਹੜੇ ਤਿਆਰ ਖੜੇ ਰਹਿੰਦੇ ਆ, ਠੀਕ ਹੈ। ਇਹਨਾਂ ਦੀ ਸਾਂਭ ਸੰਭਾਲ ਜਿਹੜੀ ਹੈ ਤੁਸੀਂ ਜਿਵੇਂ ਖੁੱਲੀਆਂ ਗਾਈਆਂ ਫਿਰਦੀਆਂ ਹਨਾ, ਇਹਨਾਂ ਨੂੰ ਫਿਰ ਖੁੱਲਾ ਚਰਾਂ ਦਿੱਤੇ ਵੀ ਲੈ ਕੇ ਜਾਂਦੇ ਹੋ? ਬਾਹਰ ਵੀ ਚਰਾਂ ਤੇ ਲਏ ਆ ਬਾਹਰ, ਜਿਹੜੇ ਜਿਵੇਂ ਆਪਾਂ ਸਾਡੇ ਜ਼ਿਲ੍ਹੇ ਜਿਵੇਂ ਅਸੀਂ ਫਰੀਦਕੋਟ ਤੋਂ ਉਧਰ ਨੂੰ ਵੀ ਗਾਈਆਂ ਤੁਹਾਡੀਆਂ ਫਿਰਦੀਆਂ ਹੁੰਦੀਆਂ, ਇਹ ਫਿਰ ਸਾਰਾ ਵਾਗ ਉਧਰ ਨੂੰ ਵੀ ਲੈ ਜਾਂਦੇ ਉਧਰ ਹੀ? ਤੇ ਦੁੱਧ ਵਾਲੇ ਪਸ਼ੂ ਇੱਥੇ ਹੀ ਰੱਖਦੇ ਹੋ? ਹਾਂ ਦੁੱਧ ਵਾਲੇ ਫਿਲਹਾਲ ਘਰੇ ਰਹਿੰਦੇ ਆ। ਠੀਕ ਹੈ। ਕੀ ਰੇਟ ਦੁੱਧ ਲੱਗਦਾ ਇਹਨਾਂ ਦਾ? 30-35 ਰੁਪਏ ਲੱਗ ਜਾਂਦੇ। 30-35 ਰੁਪਏ ਪੌਣੇ ਕਿੱਥੇ ਇਹਨਾਂ? ਫਾਜ਼ਿਲਕਾ। ਫਾਜ਼ਿਲਕਾ ਜ਼ਿਲ੍ਹੇ ਮਤਲਬ ਸ਼ਹਿਰ ਪਾਉਣੇ? ਸ਼ਹਿਰ ਪਾਉਣੇ, ਠੀਕ ਹੈ। ਤੇ ਇਹਨਾਂ ਦੀ ਜਿਹੜੀ ਸਾਂਭ ਸੰਭਾਲ ਕਰਦੇ ਆ ਉਹਦੇ 'ਚ ਫਿਰ ਇਹਨਾਂ ਨੂੰ ਦਾਣਾ ਵਗੈਰਾ ਵੀ ਪਾਉਣੇ ਜਾਂ ਖਰੇ ਪੱਠੇ ਤੇ? ਦਾਣਾ ਵਗੈਰਾ ਵੀ ਮੂੰਗੀ ਦਾ ਚੂਰਾ ਹੋ ਗਿਆ, ਮੋਠਾਂ ਦਾ ਚੂਰਾ ਹੋ ਗਿਆ, ਉਹ ਪਾਣੇ? ਉਹ ਪਾਉਣੇ, ਠੀਕ ਹੈ। ਅੱਛਾ ਗਾਈਆਂ ਜਿਹੜੀਆਂ ਤੁਸੀਂ ਵੇਚਦੇ ਹੋ ਇਹਨਾਂ ਦੀ ਕੀਮਤ ਕੀ ਰਹਿੰਦੀ ਹੈ ਅੰਦਾਜ਼ਾ? ਕੀਮਤ ਜਿਹੜੀ ਵੱਧ ਤੋਂ ਵੱਧ ਗਾਂ ਹੁਣ ਤੱਕ ਤੁਸੀਂ ਮਹਿੰਗੀ ਵੇਚੀ ਹੋਵੇ ਕਿੰਨੀ ਕੁ ਕੀਮਤ ਦੀ ਵੇਚੀ ਹੈ? ਸਰ ਅਸੀਂ ਵੇਖੋ 50 ਤੋਂ ਲੈ ਕੇ 90,000 ਤੱਕ ਦੇ ਵਿੱਚ। 50 ਤੋਂ ਲੈ ਕੇ 90,000 ਤੱਕ ਦੀਆਂ ਗਾਵਾਂ ਤੁਸੀਂ ਹੁਣ ਤੱਕ ਵੇਚੀਆਂ? ਇੱਥੋਂ ਵੱਛੀਆਂ ਵੀ ਦੇ ਦਿੰਦੇ ਹੋ ਜਾਂ ਇਕੱਲੀ ਗਾਂ? ਵੱਛੀਆਂ ਵੀ ਦੇ ਦਿੰਦੇ। ਵੱਛੀਆਂ ਵੀ ਜੇ ਕੋਈ ਚਾਹੇ ਤਾਂ ਲਿਜਾ ਸਕਦਾ। ਅੱਛਾ ਇੱਕ ਇਹ ਮੰਨਿਆ ਜਾਂਦਾ ਵੀ ਰਾਠੀ ਗਾਂ ਜਿਹੜੀ ਥੋੜੀ ਜੀ ਗਰਮ ਹੁੰਦੀ ਹੈ ਸੁਭਾਅ ਦੀ? ਨਹੀਂ ਜੀ ਸਰ। ਤੁਹਾਨੂੰ ਕਿੱਦਾਂ ਲੱਗਦੀ ਹੈ? ਨਹੀਂ ਸਾਨੂੰ ਤਾਂ ਬਿਲਕੁਲ ਗਰਮ ਨਹੀਂ ਲੱਗਦੀ। ਠੰਡੀ ਹੈ? ਠੰਡੀ ਹੈ। ਕਿੰਨਾ ਕੁ ਟਾਈਮ ਦੁੱਧ ਪੈ ਜਾਂਦੀ ਗੱਭਣ ਹੋਣ ਤੋਂ ਬਾਅਦ ਚ? ਇਹ ਫਿਲਹਾਲ 7 ਮਹੀਨੇ ਦੁੱਧ ਪਿਆ ਜਾਂਦੀ। 7-7.5 ਮਹੀਨੇ ਮਤਲਬ ਆਪ ਹੀ ਛੱਡਣੀ ਪੈਂਦੀ ਹੈ ਫਿਰ? ਆਪ ਨੂੰ ਛੱਡਣਾ ਪੈਂਦਾ। ਠੀਕ ਹੈ। ਅੱਛਾ ਅੱਜ ਆਪਾਂ ਫਿਰ ਵਿਖਾਈਏ ਕੋਈ 2-4 ਗਾਵਾਂ ਇਸ ਵੀਡੀਓ ਦੇ ਵਿੱਚ ਜਿਹੜੀਆਂ ਤੇਰੇ ਕੋਲ ਤਾਜ਼ੀਆਂ ਸੂਈਆਂ ਵੀ ਹੈ ਹਨਾ ਜੀ। ਦੋਸਤੋ ਸਾਹਮਣੇ ਗਾਂ ਜਿਹੜੀ ਤੁਸੀਂ ਦੇਖ ਸਕਦੇ ਹੋ 17 ਲੀਟਰ ਦੁੱਧ ਤਿਆਰ ਆ। ਬੱਚਾ ਵੱਛੀ ਆ ਸ਼ਾਇਦ ਕਿਹਾ ਬਾਈ ਨੇ, ਹਜੇ ਕਨਫਰਮ ਨਹੀਂ ਗਾ। ਤੀਜਾ ਸੂਆ ਦੱਸਿਆ? ਤੀਜਾ ਸੂਆ ਸੂਈ ਆ। ਇਹਦਾ ਮੁੱਲ ਕੀ ਕਰਦੇ ਆ? 80,000 ਦੋਸਤੋ ਡਿਮਾਂਡ ਰੱਖੀ ਹੈ। ਤੀਜਾ ਸੂਆ 17 ਕਿਲੋ ਦੁੱਧ ਤਿਆਰ, 7 ਦਿਨਾਂ ਦੀ ਸੂਈ, ਬੱਚਾ ਵੱਛੀ। ਦੋਸਤੋ ਇਹ ਤੁਸੀਂ ਗਾਂ ਜਿਹੜੇ ਵੀਰ ਨੂੰ ਪਸੰਦ ਆਵੇ, ਸੁਬਾਹ ਦੇ ਟਾਈਮ ਵੀ ਵੀਡੀਓ ਬਣਾ ਰਹੇ ਹਾਂ, ਲਗਭਗ 11 ਵਜੇ ਦਾ ਟਾਈਮ ਹੋਊਗਾ, ਹਵਾਨਾ ਉਸ ਹਿਸਾਬ ਤੇ ਦੇਖ ਲਓ। ਬਾਕੀ ਜੇ ਕੋਈ ਵੀਰ ਇੱਦਾਂ ਦੀ ਗਾਂ ਪਸੰਦ ਕਰੂਗਾ ਤਾਂ ਕਿ ਚੋ ਕੇ ਜ਼ਰੂਰ ਵੇਖਿਓ, ਤਸੱਲੀ ਤੁਸੀਂ ਕਰਨੀ ਹੈ। ਮੇਰਾ ਕੰਮ ਦੋਸਤੋ ਵੀਡੀਓ 'ਚ ਪਸ਼ੂ ਦਿਖਾਉਣ ਦਾ। ਇੱਕ ਹੋਰ ਗਾਂ ਸੂਈ ਸੀ ਜਿਹੜੀ, ਉਹ ਵੀ ਕੱਢ ਲਈ ਵੀਰ। ਕੁਛ ਕੁ ਪਸ਼ੂ ਦੋਸਤੋ ਇੱਥੇ ਹੋਰ ਇਸ ਵਾੜੇ ਦੇ ਵਿੱਚ ਵੀ ਹੈਗੇ ਆ ਜਿਹੜੇ ਸੂਏ ਵੇ। ਬਾਕੀ ਤੁਹਾਨੂੰ ਦੋਸਤੋ ਅੱਗੇ ਇੱਕ ਹੋਰ ਘਰੇ ਵੀ ਪਸ਼ੂ ਦਿਖਾਉਣੇ ਆ। ਕੁਝ ਇਹਨਾਂ ਗਾਈਆਂ ਤੋਂ ਡਰ ਵੀ ਲੱਗਦਾ ਖੁੱਲੀਆਂ ਫਿਰਦੀਆਂ ਤੋਂ। ਸੋ ਇੱਕ ਇਹ ਗਾਂ ਦੋਸਤੋ ਤਾਜ਼ੀ ਸੂਈ ਵੀ ਹੈ, ਇਹਦੀ ਵੀ ਡਿਟੇਲ ਬਾਈ ਤੋਂ ਦੂਰ ਫਿਰਦੇ ਤੋਂ ਹੀ ਪੁੱਛ ਲਾਂਗੇ ਕਿਉਂਕਿ ਉਹ ਪਸ਼ੂ ਕੱਢ ਕੇ ਲਿਆਉਂਦਾ ਵਿੱਚੋਂ। ਵੀਰ ਇਹ ਕਿੰਨਵਾਂ ਸੂਆ? ਦੂਜਾ ਸੂਆ ਸੂਈ ਹੈ। ਇਹ ਤਾਂ ਕਦੋਂ ਕਦੀ ਸੂਈ ਹੈ? ਇਹ ਕੱਲ ਸੂਈ ਹੈ ਦੂਜਾ ਸੂਆ। ਇਹ ਹੁਣ ਬੱਚੇ ਕਰਕੇ ਘਬਰਾਉਂਦੀ ਹੈ? ਹਾਂ ਬੱਚੇ ਕਰਕੇ ਘਬਰਾਏਗੀ। ਠੀਕ ਹੈ। ਤੇ ਦੁੱਧ ਚਵਾਈ ਚ ਠੰਡੀ ਰਹੂਗੀ? ਬਿਲਕੁਲ ਠੰਡੀ, ਬਿਲਕੁਲ 13 ਲੀਟਰ ਦੁੱਧ ਤਿਆਰ ਹੈਗਾ। 13 ਲੀਟਰ ਦੁੱਧ ਤਿਆਰ ਹੈ, ਠੀਕ ਹੈ। ਤੇ ਰੇਟ ਇਹਦਾ ਕੀ ਰੱਖਿਆ? ਇਹਦਾ ਰੇਟ 60,000 ਰੁਪਏ। 60,000, ਠੀਕ ਹੈ। ਬੱਚਾ ਇਹਨੇ ਕੀ ਦਿੱਤਾ? ਬੱਚਾ
ਵੱਛਾ ਦਿੱਤਾ ਠੀਕ ਹੈ ਤੇ ਇਹਨੂੰ ਜੇ ਕੋਈ ਵੀਰ ਘਰੇ ਬੰਨ ਕੇ ਚੋਣੀ ਚਾਹੂਗਾ ਤੇ ਤੁਸੀਂ ਇਹਨੂੰ ਇੱਥੇ ਬੰਨ ਕੇ ਚਵਾਈ ਕਰਵਾ ਦਿਓਗੇ ਕਰਵਾ ਦਾਂਗੇ ਠੀਕ ਹੈ ਸੋ ਦੋਸਤੋ ਇੱਕ ਇਹ ਵੀ ਵੈੜ ਜਿਹੜੀ ਹੈਗੀ ਉਹ ਵਕਾਊ ਹੈ ਦੂਜਾ ਸੂਆ ਸੂਈ ਇਹਨੂੰ ਤੋੜ ਦੇ ਉਧਰ ਨੂੰ ਜੇ ਤੁਰਦੀ ਹੈ ਤਾਂ ਇਹ ਦੋਸਤੋ ਬੱਚੇ ਤੋਂ ਥੋੜਾ ਜਿਹਾ ਕਰਦੀ ਹੈ ਉਹਦੇ ਕਰਕੇ ਬੱਚੇ ਕਰਕੇ ਦੋਸਤੋ ਇਹ ਬਾਈ ਦੱਸਦਾ ਵੀ ਇਹ ਕਰਦੀ ਬਾਕੀ ਥੋੜਾ ਜਿਹਾ ਜਿਹੜੇ ਵੀਰ ਵੀਡੀਓ ਦੇਖ ਰਹੇ ਉਹਨਾਂ ਨੂੰ ਪਤਾ ਹੀ ਆ ਰਾਠੀ ਗਾਂ ਜਿਹੜੀ ਹੈ ਥੋੜੀ ਜਿਹੀ ਇਹਨੂੰ ਮੰਨਿਆ ਜਾਂਦਾ ਵੀ ਇਹ ਬੱਚੇ ਦਾ ਜ਼ਿਆਦਾ ਕਰਦੀ ਹੈ ਦੇਸੀ ਗਾਂ ਥੋੜਾ ਜਿਹਾ ਸੁਭਾਅ ਵੀ ਗਰਮ ਰੱਖਦੀ ਹੈ ਇੱਕ ਦੋਸਤੋ ਇਹ ਵੈੜ ਵੀ ਬਾਈ ਕੋਲ ਇਹ ਦੂਜੇ ਘਰ ਦੇ ਵਿੱਚ ਵੈਸੇ ਤੁਹਾਨੂੰ ਇਸੇ ਵੀਡੀਓ 'ਚ ਦਿਖਾਉਣੀ ਹੈ ਇਹਦਾ ਕਿੰਨਵਾਂ ਸੂਆ ਪਹਿਲੇ ਸੂਏ ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਨੂੰ ਚਾਰ ਦਿਨ ਹੋ ਗਏ ਬੱਚਾ ਨੇ ਕੀ ਦਿੱਤਾ ਵੱਛਾ ਦਿੱਤਾ ਠੀਕ ਹੈ ਦੁੱਧ ਕਿੰਨਾ ਇਸ ਟਾਈਮ ਇਹਦੇ ਥੱਲੇ ਬੱਚਾ ਇਹਦੇ ਮਗਰ ਵੀ ਵੱਛਾ ਹੈ ਬਾਕੀ ਦੋਸਤੋ ਰੰਗ ਰੂਪ ਤੁਸੀਂ ਦੇਖ ਸਕਦੇ ਹੋ ਰਾਠੀ ਗਾਵਾਂ ਦੋਸਤੋ ਇਹ ਹੁਣ ਤੁਸੀਂ ਇਸੇ ਗਾਂ ਨੂੰ ਦੇਖ ਰਹੇ ਹੋ ਬੱਚੇ ਤੋਂ ਪਾਸੇ ਆ ਤਾਂ ਹੁਣ ਇਹ ਠੰਡੀ ਸੀਲ ਹੈ ਜਦੋਂ ਇਹਦੇ ਨਾਲ ਦੋਸਤੋ ਬੱਚਾ ਸੀਗਾ ਉਦੋਂ ਜਿਹੜੀ ਦੂਜੀ ਗਾਂ ਉਹ ਗਰਮੀ ਦਿਖਾਉਂਦੀ ਸੀ ਬਾਈ ਦੱਸਦਾ ਵੀ ਦੋ ਦਿਨ ਤਿੰਨ ਦਿਨ ਇਹ ਬੱਚੇ ਦਾ ਕਰਦੀਆਂ ਉਦੋਂ ਬਾਅਦ 'ਚ ਫਿਰ ਇਹ ਠੰਡਾ ਸੁਭਾਅ ਇਹਨਾਂ ਦਾ ਹੋ ਜਾਂਦਾ ਦੋਸਤੋ ਇੱਕ ਸਾਹਮਣੇ ਤੁਸੀਂ ਵੈੜ ਦੇਖ ਰਹੇ ਹੋ ਥੋੜ੍ਹਾ ਡਰਦੀ ਹੈ ਪਰ ਵੇਚਣੀ ਹੈ ਬਾਈ ਨੇ ਦੋ ਸਾਲ ਉਮਰ ਹੈ ਇੱਕ ਮਹੀਨਾ ਹੋਇਆ ਕਰੋਸ ਕਰਵਾਈ ਨੂੰ ਚੈੱਕ ਪਾਸ 'ਚ ਨਹੀਂ ਆਉਂਦੀ 30,000 ਰੇਟ ਰੱਖਿਆ ਥਣਾਂ ਦੀ ਸੋਹਣੀ ਹੈ ਪਰ ਜੇ ਨੇੜੇ ਜਾਵਾਂਗੇ ਤਾਂ ਭੱਜੂਗੀ ਕੋਸ਼ਿਸ਼ ਕਰਦਾ ਥੋੜ੍ਹਾ ਜਿਹਾ ਤੁਹਾਨੂੰ ਫਿਰ ਵੀ ਨੇੜ ਜਾ ਕੇ ਦਿਖਾਉਣ ਦੀ ਇਹ ਵੈੜ ਜਿਹੜੀ ਸਾਹਮਣੇ ਦੋਸਤੋ ਤੁਸੀਂ ਦੇਖ ਰਹੇ ਹੋ ਇਹ ਬਾਈ ਨੇ ਵਕਾਊ ਕੀਤੀ ਹੈ ਬਾਕੀ ਮੈਂ ਪਹਿਲਾਂ ਹੀ ਦੱਸਤਾ ਸੀ ਦੋਸਤੋ ਲਗਭਗ 2,000 ਦੇ ਆਸ ਪਾਸ ਪਸ਼ੂ ਇੱਥੇ ਬਾਈ ਹੋਰਾਂ ਕੋਲ ਹੈਗੇ ਆ ਇੱਦਾਂ ਦੀਆਂ ਵੱਛੀਆਂ ਜੇ ਤੁਸੀਂ ਲੈਣੀਆਂ ਚਾਹੋ ਤਾਂ ਕੰਟੈਕਟ ਇਹਨਾਂ ਨਾਲ ਕਰ ਸਕਦੇ ਹੋ ਨੰਬਰ ਸਕਰੀਨ 'ਤੇ ਚੱਲ ਰਿਹਾ 30,000 ਰੇਟ ਦੋ ਸਾਲ ਉਮਰ ਆ ਉਮੀਦ ਆ ਵੀ ਇਹ ਖੀਰੀ ਹੋਊਗੀ ਦੋਸਤੋ ਇੱਕ ਇਹ ਸਾਹਮਣੇ ਵੈੜ ਜਿਹੜੀ ਤੁਸੀਂ ਦੇਖ ਰਹੇ ਹੋ ਜਿਹੜੀ ਹੁਣ ਪਿਸ਼ਾਬ ਕਰ ਰਹੀ ਹੈ ਤੀਜਾ ਸੂਆ ਸੂਣੀ ਹੈ ਦੂਜੇ ਸੂਏ 16 ਕਿਲੋ ਦੁੱਧ ਬਾਈ ਨੇ ਦੱਸਿਆ ਵੀ ਇਹਨੇ ਦਿੱਤਾ 15-20 ਦਿਨਾਂ ਦੀ ਕੱਚੀ ਹੈ 80,000 ਇਹਦਾ ਰੇਟ ਬਾਈ ਹੋਰਾਂ ਨੇ ਰੱਖਿਆ ਸੋ ਜੇ ਕਿਸੇ ਵੀਰ ਨੂੰ ਪਸੰਦ ਆਵੇ ਤਾਂ ਤੁਸੀਂ ਕਾਲ ਕਰ ਸਕਦੇ ਹੋ ਉੱਧਰ ਨੂੰ ਮੋੜ ਦੇ ਬਾਈ ਇਹਨੂੰ ਇਹਦਾ ਥਣ ਹਵਾਨਾ ਦੋਸਤੋ ਸੋਹਣਾ ਸਾਫ਼ ਹੈ ਮੂੰਹ ਮੱਥਾ ਵੀ ਦੇਖ ਸਕਦੇ ਹੋ ਇਹਨਾਂ ਕੋਲ ਜਿਹੜੀ ਬਰੀਡ ਆ ਦੋਸਤੋ ਉਹ ਸਾਹੀਵਾਲ ਅਤੇ ਰਾਠੀ ਮਿਕਸ ਹੈ ਜ਼ਿਆਦਾ ਰਾਠੀ ਵਾਲੇ ਪੱਖ ਦੀਆਂ ਸਾਹੀਵਾਲ ਅਤੇ ਸਾਹੀਵਾਲ ਵੀ ਬਾਈ ਦੱਸਦਾ ਵੀ ਇੱਕ ਹੈਗੀ ਹੈ ਇਹ ਦੋਸਤੋ ਜਿਹੜੇ ਮੇਲੇ ਬਾਈ ਹੋਰੀ ਜਿੰਦੇ ਰਹੇ ਦੇਖ ਸਕਦੇ ਹੋ ਚਿਹਰਾ ਨਾਲ ਇੱਥੇ ਫੋਟੋਆਂ ਦੇ ਵਿੱਚ ਵੀ ਤੁਹਾਨੂੰ ਦਿਸੂਗਾ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਉਹਨਾਂ ਤੋਂ ਇਹ ਸਨਮਾਨ ਚਿੰਨ ਜਿਹੜਾ ਲੈ ਰਹੇ ਆ 2016 ਦੇ ਵਿੱਚ ਦੋਸਤੋ ਜਿਹੜਾ ਮੇਲਾ ਹੋਇਆ ਸੀ ਮੁਕਤਸਰ ਸਾਹਿਬ ਦੇ ਵਿੱਚ 8-12 ਜਨਵਰੀ ਉਹਦੇ 'ਚ ਇਹਨਾਂ ਦੀ ਗਾਂ ਨੇ ਜਿਹੜਾ ਉਹ ਨਾਮ ਜਿੱਤਿਆ ਸੋ ਇਹ ਗਾਈਆਂ ਜਿਹੜੀਆਂ ਬਾਈ ਹੋਰਾਂ ਕੋਲ ਆ ਦੋਸਤੋ ਚੈਂਪੀਅਨ ਗਾਵਾਂ ਸੋ ਦੋਸਤੋ ਇਹ ਕੁਝ ਸਰਟੀਫਿਕੇਟ ਬਾਈ ਨੇ ਦਿਖਾਏ ਆ ਦੇਖ ਸਕਦੇ ਹੋ ਤੁਸੀਂ ਦੋਸਤੋ ਜਿਹੜਾ ਸਰਟੀਫਿਕੇਟ ਇਹਦੇ 'ਤੇ ਲਗਭਗ ਜਿਹੜਾ ਦੁੱਧ 17 ਕਿਲੋ 873 ਗ੍ਰਾਮ ਇਹ ਬਾਈ ਜੀ ਹੋਰਾਂ ਨੇ ਮੁਕਤਸਰ 2013 ਦੇ ਵਿੱਚ ਬਾਈ ਦੱਸਦਾ ਵੀ 2017 ਤੱਕ ਇਹਨਾਂ ਨੇ ਮੇਲਿਆਂ 'ਚ ਪਸ਼ੂ ਪਾਏ ਆ ਅਤੇ ਹਰੇਕ ਥਾਂ ਤੋਂ ਜਿੱਤ ਕੇ ਆਉਂਦੇ ਰਹੇ ਆ ਇੱਧਰ ਤੁਸੀਂ ਦੇਖ ਰਹੇ ਹੋ 16 ਕਿਲੋ 484 ਗ੍ਰਾਮ 1,00,000 ਰੁਪਈਆ ਬਾਈ ਹੋਰਾਂ ਨੂੰ ਇਨਾਮ ਮਿਲਿਆ ਸੀ ਅਤੇ ਕੁਝ ਸਰਟੀਫਿਕੇਟ ਹੋਰ ਹੈ ਇੱਕ ਤੁਹਾਨੂੰ ਸਰਟੀਫਿਕੇਟ ਦਿਖਾਉਣਾ ਜਿਹੜਾ ਦੋਸਤੋ ਜ਼ਿਆਦਾ ਦੁੱਧ ਜਿਹੜਾ ਹੁਣ ਤੱਕ ਦਾ ਵੱਧ ਤੋਂ ਵੱਧ ਇਹਨਾਂ ਕੋਲ ਗਾਂ ਨੇ ਦਿੱਤਾ ਹੈ 19 ਕਿਲੋ 333 ਗ੍ਰਾਮ 1,00,000 ਰੁਪਈਆ ਮਿਲਿਆ ਸੀ 2014 ਦੇ ਵਿੱਚ ਤੁਸੀਂ ਦੇਖ ਰਹੇ ਹੋ ਸੋ ਇਹ ਦੋਸਤੋ ਪਸ਼ੂ ਜਿਹੜੇ ਆ ਇਹਨਾਂ ਕੋਲ ਸਾਹੀਵਾਲ ਅਤੇ ਰਾਠੀ ਬਰੀਡ ਦੇ ਵਿੱਚ ਫੁੱਲ ਰਿਕਾਰਡ ਵਾਲੇ ਜਿਹੜੇ ਪਸ਼ੂ ਆ ਚੰਗੇ ਦੁੱਧ ਵਾਲੀ ਬਰੀਡ ਇਹਨਾਂ ਕੋਲ ਸੰਭਾਲੀ ਵੀ ਹੈ ਜੇ ਕੋਈ ਵੀਰ ਕੋਈ ਵੱਛੀ ਜਾਂ ਕੋਈ ਗਾਂ ਖਰੀਦਣੀ ਚਾਹੇ ਕੰਟੈਕਟ ਨੰਬਰ ਜਿਹੜਾ ਉਹ ਸਕਰੀਨ ਉੱਤੇ ਲਾਇਆ ਹੋਇਆ ਇਸ ਨੰਬਰ 'ਤੇ ਤੁਸੀਂ ਕਾਲ ਕਰ ਸਕਦੇ ਹੋ ਪਸ਼ੂ ਰੂਟੀਨ 'ਚ ਵਿਕਾਊ ਹੁੰਦੇ ਆ ਬਹੁਤ ਸਾਰੇ ਘਰ ਇੱਥੇ ਵੀਰ ਹੋਰੀ ਬੈਠੇ ਆ ਲਗਭਗ 2000 ਦੇ ਆਸ ਪਾਸ ਪਸ਼ੂ ਇਹਨਾਂ ਕੋਲ ਹੈਗਾ ਜੇ ਕੋਈ ਖਰੀਦਣਾ ਚਾਹੋ ਤਾਂ ਜਦੋਂ ਮਰਜ਼ੀ ਕੰਟੈਕਟ ਕਰ ਸਕਦੇ ਹੋ ਇੱਥੇ ਆ ਸਕਦੇ ਹੋ ਤਸੱਲੀ ਤੁਸੀਂ ਇੱਥੇ ਇਹਨਾਂ ਕੋਲ ਜਿੰਨੀ ਮਰਜ਼ੀ ਕਰ ਲਓ ਤਸੱਲੀ ਕਰਕੇ ਕੋਈ ਪਸ਼ੂ ਤੁਸੀਂ ਖਰੀਦ ਸਕਦੇ ਹੋ ਲਗਭਗ 50,000 ਤੋਂ ਲੈ ਕੇ 90,000 ਲੱਖ ਤੱਕ ਦੀ ਗਾਂ ਇਹਨਾਂ ਕੋਲੋਂ ਮੌਕੇ 'ਤੇ ਮਿਲਦੀ ਹੈ ਵੱਛੀ ਵੀ ਜੇ ਕੋਈ ਲੈਣੀ ਚਾਹੋ ਤਾਂ ਵੀ ਕੰਟੈਕਟ ਕਰ ਸਕਦੇ ਹੋ ਧੰਨਵਾਦ ਦੋਸਤੋ ਵੀਡੀਓ ਦੇਖਣ ਵਾਸਤੇ